ਤਲਵੰਡੀ ਸਾਬੋ ਵਿਖੇ ਮਾਮੂਲੀ ਝਗੜਾ ਉਸ ਵੇਲੇ ਇੱਕ ਵਿਅਕਤੀ ਦੀ ਮੌਤ ਦਾ ਕਾਰਨ ਬਣ ਗਿਆ ਜਦੋਂ ਕਿਰਾਏਦਾਰ ਨੇ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਮਕਾਨ ਮਾਲਕ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਸ ਦੀ ਮੌਤ ਹੋ ਗਈ। ਦਰਅਸਲ ਕਿਰਾਏਦਾਰ ਪਹਿਲਾਂ ਮ੍ਰਿਤਕ ਮਾਲਕ ਮਕਾਨ ਦੇ ਘਰ ਵਿੱਚ ਕਿਰਾਏ ਤੇ ਰਹਿੰਦਾ ਸੀ, ਪਰ ਹੁਣ ਉਸਨੇ ਮਕਾਨ ਮਾਲਕ ਦਾ ਕਮਰਾ ਛੱਡ ਦਿੱਤਾ ਸੀ ਅਤੇ ਗੁਆਂਢ ਵਿੱਚ ਕਿਸੇ ਹੋਰ ਦੇ ਘਰ ਵਿੱਚ ਕਿਰਾਏ ਤੇ ਰਹਿਣ ਲੱਗ ਪਿਆ ਸੀ ਅਤੇ ਮਾਮੂਲੀ ਤਕਰਾਰ ਕਰਕੇ ਉਸਨੇ ਮਕਾਨ ਮਾਲਕ ਦੇ ਘਰ ਦੇ ਸਾਹਮਣੇ ਜਾ ਕੇ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਮਕਾਨ ਮਾਲਕ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਮਕਾਨ ਮਾਲਕ ਨਾਲ ਹੱਥੋਂ ਪਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਮਕਾਨ ਮਾਲਕ ਹੇਠਾਂ ਡਿੱਗ ਗਿਆ। ਸੱਟਾਂ ਲੱਗਣ ਤੇ ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਵਾਲਿਆਂ ਨੇ ਪੁਲਿਸ ਤੋਂ ਆਰੋਪੀ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਪ੍ਰਿਤਪਾਲ ਸਿੰਘ ਹੈ, ਸਾਨੂੰ ਫੁੱਲਾ ਸਿੰਘ ਪਿੰਡ ਦਾਨੀਆਂ ਦਾ, ਮੇਰੀ ਸਿਸਟਰ ਹੈ। ਠੀਕ ਹੈ ਜੀ। ਕੀ ਮਾਂ ਕਾਰਵਾਈ, ਕੀ ਮਾਮਲਾ ਸੀ? ਅਸੀਂ ਤਾਂ ਕਤਲ ਦਾ ਪਰਚਾ ਦਰਜ ਕਰਾਉਣਾ ਜੀ। ਕੀ ਹੋਇਆ ਸੀ ਕੱਲ? ਇਹਨੇ ਕੁੱਟਿਆ ਤੇ ਉਹਦੀ ਮੌਤ ਹੋ ਗਈ। ਅੱਛਾ। ਮਗਰ ਪਰਿਵਾਰ ਦੇ ਮਗਰ ਕੌਣ ਰਹਿ ਗਿਆ ਹੁਣ? ਇੱਕ ਸਾਡਾ ਭਾਣਜਾ ਹੈਗਾ। ਅੱਛਾ। ਤੇ ਇੱਕ ਉਹਦਾ ਛੋਟਾ ਬੇਟਾ ਹੈਗਾ। ਵਜ੍ਹਾ ਰੰਜਿਸ਼ ਕੀ ਸੀ? ਰੰਜਿਸ਼ ਕੁਛ ਨਹੀਂ ਯਾਰ, ਭੈਣ ਨਾ ਇੱਥੋਂ ਨੇੜੇ ਦਾ ਪਿੰਡ ਦਾ ਹੈਗਾ, ਚੱਠੇ ਚੁੱਠੇ ਵਾਲੇ ਦਾ ਹੈਗਾ। ਅੱਛਾ। ਤੇ ਦੋ ਨੰਬਰ ਦਾ ਕੰਮ ਕਰਦਾ, ਦਾਰੂ ਪੀਂਦਾ, ਸਾਰਾ ਕੁਛ ਕਰਦਾ, ਇੱਥੇ ਕਿਸੇ ਦੇ ਕਿਰਾਏ ਤੇ ਬੈਠਾ ਉਹਦੇ। ਅੱਛਾ। ਤੇ ਜਿਹੜਾ ਤੁਹਾਡਾ ਸਾਲਾ ਸੀਗਾ, ਤੁਹਾਡਾ ਪੁਰਾਣਾ ਪੁਰਾਣਾ ਹੀ ਆ, ਤੇ ਉਹ ਆਪਦਾ ਘਰ ਸੀ ਉਹਨਾਂ ਦਾ? ਤੇ ਉਹਦਾ ਤਾਂ ਆਪਦਾ ਘਰੇ ਸੀ। ਅੱਛਾ। ਹੁਣ ਮੰਗ ਕੀ ਕਰਦੇ ਪੁਲਿਸ ਤੋਂ? ਪਰਚਾ ਕਰ, ਉਹਦਾ ਤੇ ਕਤਲ ਦਾ ਜਿਹੜਾ ਪਰਚਾ ਬਣਨਾ 302 ਦਾ ਕਰੋ। ਕੀ ਨਾਂ ਤੁਹਾਡਾ? ਅੱਜ ਕੀ ਮਾਮਲਾ ਹੋਇਆ? ਕੀ ਅੱਜ ਕਿਰਾਏਦਾਰ ਇੰਦਾ ਚੀ ਕਈ ਦਿੱਤਾ ਤਾਂ ਉਹ ਕਿ ਦੂਜੇ ਘਰੇ ਵਗ ਗਿਆ ਸੀ, ਬਸ ਦੁਰਨਾ ਖਾ ਕੇ ਗਿਆ, ਉੱਥੇ ਚੱਕਰੋ ਉੱਤੇ ਹੋ ਗਿਆ, ਸਿੱਖ ਹੁੱਕ ਚ ਕੋਈ ਮਾਰ ਉਹਦਾ ਕਰਨ ਦੀ ਮੌਤ ਜਾਣੀ ਕਿ ਕਤਲ ਹੋ ਗਿਆ। ਹਾਂਜੀ, ਕਤਲ। ਤੇ ਕੀ ਨਾਂ ਸੀ ਉਹਨਾਂ ਦਾ? ਉਹਦਾ ਨਾਂ ਸੁਖਮੰਦਰ ਆ, ਉਹ ਕਾਲਾ ਤੇ ਮਾਰਿਆ ਕਿਹਨੇ? ਇਹ ਕਾਲਾ ਸੁਖਮੰਦਰ ਨਾਂ। ਸੁਖਮੰਦਰ ਨੇ ਮਾਰਿਆ? ਤੇ ਮਰਿਆ ਕੌਣ ਹੈ? ਮੰਮੂ ਚੰਦ। ਮੰਮੂ ਸਿੰਘ। ਉਮਰ ਕਿੰਨੀ ਕੁ ਸੀ? 56 ਸਾਲ। ਤੇ ਕੰਮ ਕੀ ਕਰਦਾ ਸੀ? ਖੇਤੀਬਾੜੀ। ਅੱਛਾ। ਮਾਂ ਮਗਰ ਦਾ ਹਦੂ ਪਰਿਵਾਰ ਚ ਕੌਣ ਰਹੇਗਾ ਤੇ ਕੀ ਮੰਗ ਕਰਦੇ ਪੁਲਿਸ ਪ੍ਰਸ਼ਾਸਨ ਤੋਂ? ਮਗਰ ਕਾਰਵਾਈ ਦੀ ਮੰਗ ਕਰਦੇ ਆ। ਹਾਂ, ਕਾਰਵਾਈ ਨਹੀਂ। ਹਾਂ, ਕਾਰਵਾਈ ਦੋਸ਼ੀਆਂ ਨੂੰ ਸਜ਼ਾ ਮਿਲੇ। ਉਧਰ ਮੀਡੀਆ ਨਾਲ ਗੱਲਬਾਤ ਕਰਦੇ ਆ ਜਾਂਚ ਅਧਿਕਾਰੀ ਨੇ ਕੀ ਕਿਹਾ, ਆਓ ਸੁਣਦੇ ਆ। ਇਨਫੋਰਮੇਸ਼ਨ ਆਈ ਸੀ ਜੀ ਸਵੇਰੇ, ਡਾਕਟਰ ਸਾਹਿਬ ਨੇ ਰੁਕਾ ਭੇਜਿਆ ਸੀਗਾ ਤੇ ਮੰਮੂ ਚੰਦ ਦੀ ਡੈਡ ਬੋਡੀ ਜਿਹੜੀ ਰਾਤ ਐਡਮਿਟ ਹੋਈ ਹੈ ਇੱਥੇ, ਤੇ ਮੰਮੂ ਚੰਦ ਦੀ ਜਿਹੜੀ ਹੈਗੀ ਪਤਨੀ ਹੈ ਸੁੱਖੀ ਕੌਰ, ਉਹਦੀ ਸਟੇਟਮੈਂਟ ਦੇ ਉੱਤੇ ਅਸੀਂ ਜਿਹੜਾ ਮੁਕੱਦਮਾ ਦਰਜ ਕਰ ਰਹੇ ਹਾਂ। ਅਤੇ ਜਿਹੜੇ ਸੁਖਵਿੰਦਰ ਸਿੰਘ ਨੇ ਕੁੱਟਮਾਰ ਕੀਤੀ ਸੀਗੀ ਮੰਮੂ ਚੰਦ ਦੀ, ਅਤੇ ਉਹਦੇ ਅਗੇਂਸਟ ਜਿਹੜਾ ਹੈਗਾ ਮੁਕੱਦਮਾ ਦਰਜ ਕਰਕੇ ਕਾਰਵਾਈ ਰਨ ਕਰ ਦਿੱਤੀ ਅਸੀਂ। ਕੀ ਕਾਰਵਾਈ ਕੀਤੀ ਜਾ ਰਹੀ ਹੈ? 304 ਦਾ ਪਰਚਾ ਦਰਜ ਕੀਤਾ ਜੀ ਅਸੀਂ, 304 IPC। ਅਤੇ ਕੋਈ ਦੋਸ਼ੀ ਦੀ ਪੜਤਾਲ ਚੱਲ ਰਹੀ? ਹਾਂ ਨਹੀਂ, ਪੜਤਾਲ ਬਸ ਉਹਨੂੰ ਜਲਦੀ ਅਰੈਸਟ ਕਰਨਾ ਨਹੀਂ, ਅਰੈਸਟ ਕਰਕੇ ਜੋ ਵੀ ਅਗਲੀ ਕਾਰਵਾਈ ਹੈਗੀ ਉਹ ਕਰਦੇ ਹਾਂ। ਫਿਲਹਾਲ ਅਸੀਂ ਪੋਸਟਮਾਰਟਮ ਜਿਹੜਾ ਹੈਗਾ ਕਰਵਾ ਰਹੇ ਹਾਂ। ਮੈਂ ਆਪਣੇ ਇਹ ਮੋਢਿਆਂ ਅਤੇ ਗੋਢਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦੇ ਇਲਾਜ ਕਰ ਸਕਦਾ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਵਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਵਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ
ਓਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਏ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ, ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।